ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਜੀ ਤੁਸੀਂ ਵੇਖਣ ਜਾ ਰਹੇ ਹੋ ਜੀ ਤੁਹਾਡਾ ਆਪਣਾ ਪ੍ਰੋਗਰਾਮ ਜਿਹਦਾ ਨਾਮ ਹੈ ਓਏ ਮੇਰੀ ਵੀ ਸੁਣੋ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੀ ਅਸੀਂ ਬਹੁਤ ਹੀ ਵੱਡੇ ਵੀ ਨਹੀਂ ਬਹੁਤ ਹੀ ਸੁਰੀਲੇ ਵੀ ਨਹੀਂ ਮੇਰਾ ਕਹਿਣ ਦਾ ਮਤਲਬ ਹੈ ਇਹ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ ਜੀ ਅਸੀਂ ਪੰਮਾ ਪਾਪੜਾ ਵਾਲਾ ਜੀ ਨੂੰ ਪਾਪੜਾ ਵਾਲਾ ਜੀ ਤੁਹਾਡਾ ਸਾਡੇ ਸ਼ੋਅ ਵਿੱਚ ਬਹੁਤ ਬਹੁਤ ਜੀ ਆਇਆਂ ਨੂੰ ਜੀ ਆਇਆਂ ਨੂੰ ਤੁਸੀਂ ਇਦਾਂ ਜੀ ਆਇਆਂ ਨੂੰ ਆਖਦੇ ਹੋ ਮੈਂ ਉਸਤਾਦ ਜੀ ਨਾਲ ਜਿੰਨੇ ਵੀ ਅੱਜ ਤੱਕ ਸ਼ੋਅ ਲਾਏ ਨੇ ਉੱਥੇ ਸਾਨੂੰ ਕਾਫੀ ਪਿਲਾਉਂਦੇ ਨੇ ਚਾਹ ਪਿਲਾਉਂਦੇ ਨੇ ਨਾਲ ਗਲਾਂ 'ਚ ਹਾਰ ਪਾਉਂਦੇ ਨੇ ਤੁਸੀਂ ਤਾਂ ਸੁੱਕਾ ਸਾਨੂੰ ਪਾਣੀ ਵੀ ਨਹੀਂ ਪੁੱਛਿਆ ਇੱਥੇ ਉਹ ਮਾਫ਼ ਕਰਨਾ ਸਾਨੂੰ ਪਾਪੜਾ ਵਾਲਾ ਜੀ ਗੁੱਸਾ ਨਹੀਂ ਕਰੀਦਾ ਹੁੰਦਾ ਪਹਿਲਾਂ ਇਹ ਦੱਸੋ ਆਹ ਤੁਸੀਂ ਹੱਥ 'ਚ ਕੀ ਫੜਿਆ ਹੋਇਆ ਉਹ ਮੈਨੂੰ ਤੁੰਬੀ ਨਾ ਗਾਉਣ ਦੀ ਆਦਤ ਆ ਨਾ ਤੁੰਬੀ ਮੈਨੂੰ ਲਿਆਉਣੀ ਭੁੱਲ ਗਿਆ ਬਾਹਰ ਸੋਟੀ ਪਈ ਸੀ ਮੈਂ ਕਿਹਾ ਚੱਲ ਇਹੀ ਲੈ ਚੱਲੀਏ ਅੱਛਾ ਚਲੋ ਜੀ ਠੀਕ ਹੈ ਜੀ ਤੇ ਸਾਨੂੰ 2-4 ਲੈਣਾ ਕੋਈ ਗਾ ਕੇ ਹੀ ਸੁਣਾ ਦਿਓ ਫਿਰ ਲੈ ਬੀਬਾ ਜੀ ਤੁਹਾਡੀ ਪੇਸ਼ੇ ਕਿਤੇ ਮੈਂ ਕਰਦੇ ਆ ਟਿੰਗ ਡਿੰਗ 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 ਨੀ ਤੂੰ ਸੁੱਕੀ ਜੀ ਆਇਆਂ ਨੂੰ ਕਹਿ ਗਈ ਨੀ ਮੇਰੇ ਨੱਕ ਤੇ ਮੱਖੀ ਬਹਿ ਗਈ ਨੀ ਨੀ ਤੂੰ ਸੁੱਕੀ ਜੀ ਆਇਆਂ ਨੂੰ ਕਹਿ ਗਈ ਨੀ ਮੇਰੇ ਨੱਕ ਤੇ ਮੱਖੀ ਬਹਿ ਗਈ ਨੀ ਨਾ ਤੁਸੀਂ ਸਾਡੇ ਗਲਾਂ ਵਿੱਚ ਹਾਰ ਪਾਏ ਨਾ ਤੁਸੀਂ ਸਾਡੇ ਗਲਾਂ ਵਿੱਚ ਹਾਰ ਪਾਏ ਬਾਹਰ ਬਿਜਲੀ ਕੜਕੜ ਕੜਕੇ ਨੀ ਮੇਰਾ ਤੈਨੂੰ ਵੇਖ ਕੇ ਸੋਣੀਏ ਨੀ ਦਿਲ ਤੱਕ 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 ਤੜਕੇ ਨੀ ਮੇਰਾ ਤੈਨੂੰ ਵੇਖ ਕੇ ਸੋਣੀਏ ਨੀ ਦਿਲ ਤੱਕ 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 ਤੜਕੇ ਨੀ ਪੰਮਾ ਜੀ ਤੁਹਾਡਾ ਦਿਲ ਨਿਕਲ ਕੇ ਕਿਤੇ ਬਾਹਰ ਹੀ ਨਾ ਆ ਜਾਵੇ ਅੱਛਾ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਨਾਮ ਤੇ ਸਿੰਗਰਾ ਵਾਲਾ ਹੈ ਪਰ ਪਿੱਛੇ ਪਾਪੜ ਜੇ ਕਿਉਂ ਖਿਲਾਰੇ ਨੇ ਉਹ ਪਾਪੜ ਤਾਂ ਆਪ ਹੀ ਖਿਲੇ ਨੇ ਸਾਰੀ ਜ਼ਿੰਦਗੀ ਪਾਪੜ ਹੀ ਵੇਚਦੇ ਰਹੇ ਅਸੀਂ ਪਾਪੜਾਂ ਦੇ ਨਮਕ ਪਾ ਕੇ ਮਸਾਲਾ ਪਾ ਕੇ ਲੂਣ ਪਾ ਕੇ ਅਸੀਂ ਤਾਂ ਘਰ ਘਰ ਡਿਵਲਰੀਆਂ ਕਰੀਦੀਆਂ ਹੈਗੀਆਂ ਓਹੋ ਪੰਮਾ ਜੀ ਹੋਮ ਡਿਲੀਵਰੀ ਹੁੰਦਾ ਹੈ ਉਹ ਚਲੋ ਜੋ ਵੀ ਡਿਵਲਰੀ ਡਿਵਲਰੀ ਜਦੋਂ ਡਿਵਲਰੀ ਵੇਲੇ ਅਸੀਂ ਗਾਣਾ ਗਾਈਦਾ ਸੀ ਜਿਹੜਾ ਉਹ ਤੁਹਾਡੇ ਪੇਸ਼ੇ ਖਿਦਮਤ ਕਰਦੇ ਹਾਂ ਪੰਮਾ ਪਾਪੜਾਂ ਵਾਲਾ ਪਾ 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 ਪੰਮਾ ਪਾਪੜਾਂ ਵਾਲਾ ਪਾ 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 ਨਾਲੇ ਮੈਂ ਚਟਨੀ ਪਾਵਾਂ ਨਾਲੇ ਮੈਂ ਲੂਣ ਪਾਵਾਂ ਜਿਹੜਾ ਨਾ ਖਾਵੇ ਪਾਪੜ ਉਹਨੂੰ ਜ਼ਬਰਦਸਤੀ ਖਿਲਾਵਾਂ ਕਿਉਂਕਿ 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 ਪੰਮਾ ਪਾਪੜਾਂ ਵਾਲਾ ਪੰਮਾ ਪਾਪੜਾਂ ਵਾਲਾ ਓਹੋ ਪੰਮਾ ਜੀ ਇਹ ਕੀ ਕਰੀ ਜਾਂਦੇ ਪਏ ਹੋ ਉਹ ਕੋਰਸ ਵਾਲੇ ਮੁੰਡੇ ਨਹੀਂ ਆਏ ਹੁਣ ਮੈਨੂੰ ਹੀ ਲਾਈਨਾਂ ਗਾਣੀਆਂ ਪੈਣੀਆਂ ਉਹਨਾਂ ਦੀਆਂ ਓਹੋ ਪੰਮਾ ਜੀ ਅੱਛਾ ਸਾਨੂੰ ਇਹ ਦੱਸੋ ਤੁਹਾਡੀ ਲਾਈਫ ਦੇ ਵਿੱਚ ਸਟਰਗਲ ਕਿੱਦਾਂ ਚੱਲੀ ਲੈ ਬੀਬਾ ਜੀ ਸਾਰੀ ਜ਼ਿੰਦਗੀ ਸਟਰਗਲ ਹੀ ਚੱਲਦੀ ਰਹੀ ਬੱਸਾਂ ਦੇ ਵਿੱਚ ਪਾਪੜ ਵਿੱਚ ਉੱਥੇ ਆਪਾਂ ਟ੍ਰੇਨਾਂ ਦੇ ਵਿੱਚ ਗਲੀਆਂ ਦੇ ਵਿੱਚ ਓਹੋ ਪੰਮਾ ਜੀ ਮੈਂ ਤੁਹਾਡੇ ਪਾਪੜਾਂ ਦੀ ਸਟਰਗਲ ਬਾਰੇ ਨਹੀਂ ਪੁੱਛਦੀ ਮੈਂ ਤੁਹਾਡੀ ਸਿੰਗਿੰਗ ਕਰੀਅਰ ਦੇ ਸਟਰਗਲ ਬਾਰੇ ਪੁੱਛ ਰਹੀ ਹਾਂ ਅੱਛਾ ਉਹ ਵੀ ਜੀ ਪਾਪੜਾਂ ਦੇ ਨਾਲ ਹੀ ਸੰਬੰਧਿਤ ਆ ਆਪਾਂ ਗਲੀਆਂ 'ਚ ਪਾਪੜ ਵੇਚਦੇ ਸੀਗੇ ਉੱਥੇ ਉਸਤਾਦ ਪਟਾਕਾ ਜੀ ਸਾਨੂੰ ਮਿਲ ਗਏ ਪਟਾਕਾ ਜੀ ਬੜੀ ਗਾਂ ਦੇ ਮੈਂ ਕਿਹਾ ਜੀ ਪਹੁੰਚੇ ਹੋਏ ਨੇ ਗਾਂ ਦੇ ਕਲਾਕਾਰ ਹੋਰ ਜੀ ਉਹ ਸਾਡੇ ਘਰ ਤੋਂ 2-4 ਗਲੀਆਂ ਗਾਂ ਹੀ ਰਹਿੰਦੇ ਨੇ ਓਹੋ ਅੱਛਾ ਪੰਮਾ ਜੀ ਸਾਨੂੰ ਇਹ ਦੱਸੋ ਤੁਹਾਡਾ ਰਿਆਜ਼ ਕਿੱਦਾਂ ਦਾ ਰਹਿੰਦਾ ਸੀ ਰਿਆਜ਼ ਮੈਂ ਕਿਹਾ ਜੀ ਸਾਰੀ ਜ਼ਿੰਦਗੀ ਰਿਆਜ਼ ਹੀ ਕੀਤਾ ਕਿਸੇ ਦਾ ਵਿਆਹ ਹੋਵੇ ਕਿਸੇ ਦਾ ਮਰਗ ਹੋਵੇ ਆ ਕੇ ਅਸੀਂ ਤਾਂ ਮਰਗ ਦੇ ਉੱਤੇ ਵੀ ਰਿਆਜ਼ ਕਰੀਦਾ ਸੀਗਾ ਮਰਗ ਉਹ ਕਿਵੇਂ ਛੱਡ ਗਿਆ ਮੈਨੂੰ ਬਸ ਕਰੋ ਤੁਹਾਡੇ ਰਿਆਜ਼ ਦਾ ਸਾਨੂੰ ਪਤਾ ਲੱਗ ਗਿਆ ਅੱਛਾ ਪੰਮਾ ਜੀ ਇਹ ਦੱਸੋ ਤੁਸੀਂ ਬਾਹਰ ਵੀ ਬੜੇ ਸ਼ੋਅ ਲਗਾਏ ਹੋਣੇ ਨੇ ਲੈ ਬੀਬਾ ਜੀ ਅਸੀਂ ਬਹਿ ਕੇ ਬਾਹਰ ਬੜੇ ਸ਼ੋਅ ਸਾਡੇ ਲੱਗੇ ਨੇ ਲੰਮਾ ਪਿੰਡ ਕਿਸ਼ਨਪੁਰਾ ਦੁਆਬਾ ਚੌਂਕ ਰੇਰੂ ਬਾਈਪਾਸ ਬੱਸ ਸਟੈਂਡ ਸਟੇਸ਼ਨ ਟੇਸ਼ਨ ਟੇਸ਼ਨ ਪੰਮਾ ਜੀ ਆ ਤੁਸੀਂ ਆਟੋ ਵਾਲੇ ਵਾਂਗ ਕਿਉਂ ਮੱਜਾ ਮਾਰੀ ਜਾ ਰਹੇ ਹੋ ਆਟੋ ਤੋਂ ਯਾਦ ਹੈ ਬਾਹਰ ਮੇਰਾ ਆਟੋ ਵੀ ਖੜਾ ਆ ਉਹਦੇ ਵਿੱਚ ਸਵਾਰੀਆਂ ਬੈਠੀਆਂ ਕੀ ਉਹ ਮੈਂ ਸਟੇਸ਼ਨ ਤੇ ਵੀ ਛੱਡਣ ਜਾਣਾ ਆ